ਉਹ ਕਠੀਆ ਲੋਕ ਜੋ ਸੋਸ਼ਲ ਮੀਡੀਆ ਉੱਤੇ ਰਣਜੀਤ ਬਾਵੇ ਦੇ ਗੀਤ ਮੇਰਾ ਕੀ ਕਸੂਰ ਨੂੰ ਲੈ ਕੇ ਗੰਦੀ ਤੇ ਭੱਦੀ ਸ਼ਬਦਾਵਲੀ ਵਰਤ ਰਹੇ ਨੇ ਉਸ ਦੇ ਮਾਤਾ ਪਿਤਾ ਵਾਸਤੇ ਗੰਦੇ ਸ਼ਬਦ ਇਸਤੇਮਾਲ ਕਰ ਰਹੇ ਨੇ ਇੱਥੇ ਤੱਕ ਗਿਰ ਗਏ ਨੇ ਕਿ ਲੱਖ ਲੱਖ ਰੁਪਈਆ ਦੇਣ ਦੀ ਗੱਲ ਕਹਿ ਰਹੇ ਨੇ ਜੋ ਰਣਜੀਤ ਬਾਵੇ ਦਾ ਮੂੰਹ ਕਾਲਾ ਕਰੇਗਾ ਖੈਰ ਪੰਜਾਬੀਆਂ ਨੇ ਜਵਾਬ ਤਾਂ ਇਸ ਕਤੀੜ ਨੂੰ ਦੇ ਹੀ ਦਿੱਤਾ ਹੈ ਕਿ ਮੂੰਹ ਕਾਲਾ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਉਸ ਨੂੰ ਉਂਗਲ ਵੀ ਲਾ ਕੇ ਵਿਖਾਵੇ ਪਰ ਸੋਸ਼ਲ ਮੀਡੀਆ ਤੇ ਸਸਤੀ ਲੋਕਪ੍ਰਿਯਤਾ ਲੈਣ ਵਾਸਤੇ ਲੋਕ ਕਿੰਨਾ ਗਿਰ ਸਕਦੇ ਨੇ ਕਿਸ ਹੱਦ ਤੱਕ ਘਟੀਆ ਸ਼ਬਦਾਵਲੀ ਵਰਤ ਸਕਦੇ ਨੇ ਇਹ ਤੁਹਾਨੂੰ ਇਸ ਵੀਡੀਓ ਨੂੰ ਵੇਖ ਕੇ ਅੰਦਾਜ਼ਾ ਹੋ ਜਾਵੇਗਾ ਤੇ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੀ ਕੱਟੜਵਾਦੀ ਸੋਚ ਨੂੰ ਵੀ ਕੁਝ ਜਵਾਬ ਜ਼ਰੂਰ ਮਿਲਣਗੇ पर मैं बावे दा विरोध करता हूं भी दसदा क्यों पर पहला तुसी आ सुनो श्रद्धा है आस्था है ਇਹ ਦੱਸੇ ਕਿ ਕਿੰਨੇ ਕੁ ਬੰਦਿਆਂ ਨੂੰ ਦੁੱਧ ਪਿਲਾਉਂਦਾ ਫਿਰ ਇਹ ਕਹਿੰਦਾ ਕਿ ਮੇਰਾ ਕੀ ਕਸੂਰ ਕਸੂਰ ਦਰਅਸਲ ਇਹਦੇ ਮਾਂ ਪਿਓ ਦਾ ਆ ਸੁਣੋ ਯਾਰਾ ਮਾਂ ਪਿਓ ਦਾ ਜਿਹਨੇ ਇਹੋ ਜਿਹੀ ਗੰਦੀ ਔਲਾਦ ਜੰਮੀ ਆ ਗਊ ਮੂਤਰ ਸਵਸਥ ਹੁੰਦਾ ਬਾਬੇ ਨੂੰ ਕੀ ਕੀਤਾ ਇਹਨੇ ਆਹ ਸੁਣੋ ਲਾਗੇ ਕਰਦਾ ਜਿਹੜਾ ਇਸ ਬਾਂਦਰ ਦਾ ਮੂੰਹ ਕਾਲਾ ਕਰੇਗਾ ਸ਼ਿਵ ਸੈਨਾ ਪੰਜਾਬ ਨੂੰ 1 ਲੱਖ ਰੁਪਇਆ ਇਨਾਮ ਦੇਵੇਗੀ ਸ਼ਿਵ ਸੈਨਾ ਪੰਜਾਬ ਨੂੰ 1 ਲੱਖ ਰੁਪਇਆ ਇਨਾਮ ਦੇਵੇਗੀ ਜਿਹੜਾ ਇਸ ਬਾਂਦਰ ਦਾ ਮੂੰਹ ਕਾਲਾ ਕਰੇਗਾ ਪਰ ਮੈਂ ਬਾਵੇ ਦਾ ਵਿਰੋਧ ਕਰਦਾ ਉਹ ਵੀ ਦੱਸਦਾ ਕਿਉਂ ਪਰ ਪਹਿਲਾਂ ਤੁਸੀਂ ਆਹ ਸੁਣੋ ਤੁਹਾਡੇ ਧਰਮ ਦੇ ਖਿਲਾਫ ਕੀਤੀ ਹੈ ਸ਼ਰਧਾ ਹੈ ਆਸਥਾ ਹੈ ਇਹ ਦੱਸੇ ਕਿ ਕਿੰਨੇ ਕੁ ਬੰਦਿਆਂ ਨੂੰ ਦੁੱਧ ਪਿਲਾਉਂਦਾ ਫਿਰ ਇਹ ਕਹਿੰਦਾ ਕਿ ਮੇਰਾ ਕੀ ਕਸੂਰ ਉਹ ਕਸੂਰ ਦਰਅਸਲ ਇਹਦੇ ਮਾਂ ਪਿਓ ਦਾ ਆਹ ਸੁਣੋ ਯਾਰਾ ਮਾਂ ਪਿਓ ਦਾ ਜਿਹਨੇ ਇਹੋ ਜਿਹੀ ਗੰਦੀ ਔਲਾਦ ਜੰਮੀ ਹੈ ਗਊ ਮੂਤਰ ਸਵਸਥ ਹੁੰਦਾ ਬਾਬੇ ਨੂੰ ਕੀ ਕੀਤਾ ਇਹਨੇ ਆਹ ਸੁਣੋ ਲਾਗੇ ਕਰਦਾ ਸ਼ਿਵ ਸੈਨਾ ਪੰਜਾਬ ਨੂੰ 1 ਲੱਖ ਰੁਪਇਆ ਇਨਾਮ ਦੇਵੇਗੀ ਜਿਹੜਾ ਇਸ ਬਾਂਦਰ ਦਾ ਮੂੰਹ ਕਾਲਾ ਕਰੇਗਾ ਨਾਲ ਇੱਕ ਵਾਰੀ ਫਿਰ ਦੇਖ ਲਓ ਜਿਹੜਾ ਇਸ ਬਾਂਦਰ ਦਾ ਮੂੰਹ ਕਾਲਾ ਕਰੇਗਾ ਸ਼ਿਵ ਸੈਨਾ ਪੰਜਾਬ ਨੂੰ 1 ਲੱਖ ਰੁਪਇਆ ਇਨਾਮ ਦੇਵੇਗੀ ਵਾਹ ਬਾਈ ਵਾਹ ਵੈਰੀ ਗੁੱਡ ਬਹੁਤ ਵਧੀਆ ਓ ਵਾਹ ਓ ਚਵੜਾ ਜਾ ਬਾਂਦਰ ਕਹਿਣ ਤੋਂ ਪਹਿਲਾਂ ਆਪਣਾ ਮੂੰਹ ਤਾਂ ਦੇਖ ਲੈਂਦਾ ਮੈਨੂੰ ਤਾਂ ਵੀਰੋ ਇਹ ਖੁਦ ਬਾਂਦਰ ਲੱਗਦਾ ਕਿ ਨਹੀਂ ਜੀ ਆਖੇ ਉਖਲ ਪੁੱਤ ਨਾ ਜੰਮਣ ਧੀ ਕਾਣੀ ਚੰਗੀ ਚਲੋ ਮੰਨਦੇ ਹਾਂ ਬਾਈ ਐਗਰੀ ਆ ਕਰਾਓ ਪਰਚਾ ਬਹੁਤ ਵਧੀਆ ਕੀਤਾ ਤੁਸੀਂ ਬੜਾ ਵਧੀਆ ਉਪਰਾਲਾ ਜੇ ਪਿਓ ਦਾ ਨਾ ਤਾਂ ਇੱਥੇ ਕਰਾ ਆ ਲੈ ਸੁਣ ਜਰਾ ਜਿੰਨਿਆਂ ਨੇ ਸਵਾਲ ਚੱਕਿਆ ਨਾ ਜੇ ਦਾਮਾ ਤਾਂ ਇਹਨਾਂ ਦੇ ਕਰਾ ਕੇ ਦਿਖਾਓ ਪਰਚਾ ਸਮਾਂ ਕਿਹੜਾ ਚੱਲਦਾ ਤੁਸੀਂ ਕਿਹੜੇ ਕੰਮ ਕਰਦੇ ਹੋ ਪੱਥਰ ਕਿਹਾ ਉਹਨੇ ਹੈਨਾ ਅਜੇ ਇਹ ਕੁਛ ਵੀ ਨਹੀਂ ਗਾ ਇਹ ਕੁਛ ਵੀ ਨਹੀਂ ਇੱਕ ਹੋਰ ਆ ਅੱਗੇ ਚੱਲਦੇ ਜਰਾ
ਬਾਕੀ ਜੇ ਬਾਲਾ ਹੀ ਦਮ ਨਾ ਤਾਂ ਪਰਚਾ ਫੇਰ ਇਸ ਜੱਜ ਤੇ ਕਰਕੇ ਦਿਖਾਓ। ਆ ਲੋ ਤੁਹਾਡਾ ਹੀ ਹੈ, ਜਿੱਦਾਂ ਘੋੜਾ ਕੁੱਤਾ ਓਦਾਂ ਹੀ ਗਾਂ। ਆ ਤੁਹਾਡਾ ਜੱਜ ਬੋਲਦਾ ਤੇ ਜੇ ਇਸ ਤੋਂ ਜ਼ਿਆਦਾ ਦਮ ਆ ਤਾਂ ਫਿਰ ਪਰਚਾ ਪਰੇਸ਼ ਰਾਵਲ ਤੇ ਜਾਂ ਅਮੀਰ ਖਾਨ ਤੇ ਕਰਾ ਕੇ ਦਿਖਾਓ। ਆ ਲਓ ਉਹਨੇ ਓ ਮਾਈ ਗੋਡ ਤਾਂ ਇਹਦੇ ਵਿੱਚ ਕੀ ਨਹੀਂ ਦਿਖਾ ਦਿੱਤਾ। ਇਹਨਾਂ 'ਤੇ ਪਰਚਾ ਕਰਾਓ, ਸਾਨੂੰ ਕੋਈ ਇਤਰਾਜ਼ ਨਹੀਂ। ਅਤੇ ਜੇ ਇਸ ਤੋਂ ਜ਼ਿਆਦਾ ਹੀ ਦਮ ਆ ਤੁਹਾਡੇ 'ਚ ਤਾਂ ਆ ਲਓ ਪਰਚਾ ਫਿਰ ਇਹਦੇ 'ਤੇ ਕਰਾ ਕੇ ਦਿਖਾਓ। ਆ ਲਓ ਹੁਣ ਇਹ ਦਿਖਾਉਣਾ, ਇੱਕ ਮਿੰਟ ਜਾ ਲੰਘ ਜਾਂਦੀ ਕਈ ਵਾਰੀ ਹੈ ਨਾ। अगर गौमूत्र पीने से और गाय का गोबर खाने से अगर बीमारियां ठीक होती तो शायद हॉस्पिटल्स की जरूरत ही नहीं होती। नहीं होती, आप एक काम करिए, हॉस्पिटल्स बंद कर दीजिए, बंद कर दो सारे हॉस्पिटल, वहाँ पे बेड्स लगवा दीजिए, वहाँ लोग गौमूत्र पीते रहेंगे, वहाँ गोबर खाते रहेंगे और खाते रहेंगे। हम कौन सी सदी में है, हम किस तरह की बातें कर रहे हैं? मैडम तुम्हारा दिमाग खराब हो गया है, किस तरह की बातें करने लगे हैं। 100 साल पहले भी औषधियां बनाई जाती थी, जड़ी इन्हां ने इस मैडम ने तो बहुत कुछ बोल दिता, पर मैं कहना कि की तुहानू ये नहीं दीदे जिदा यार गुरु महाराज का भी साडे लई तां गुरु सारे आ, ये भी गुरु साडे आ ना। आ बंदे दे उत्ते परचा नहीं बनता, आ जिहड़ा यार रब ते भी कोई फनी गाने बनाउंदा यार। बाकी देखो इदां दे बहुत हैगे आ जे मैं तुहानूं दिखावां तां, पर नहीं ओह गल बहुती वधिया नहीं लगदी मैनूं, आप नूं नहीं जचदी कि नहीं। ओ यार हद हो गई आ वीरो, किधर जा रहे तुसीं? ओ करोना दी बीमारी दे नाल आउण वाला समां तुहानूं पता किधर जा रहा? ओ तुसीं आ किहड़े चक्करां दे विच पियो आ हैं? हद हो गई आ, हद हो गई आ वीरो, कमाल हो गई आ। तुहाडे लीडर ने एक पहला सूरी हुंदा ही, हुण आ नवे आ गए शिवसेना दे कि नहीं। ओ मैं अपने सारे हिंदू भाईचारे नूं बेनती करनी चाहुंदा, क्योंकि मैं भी उहनां दे विच्चे रहिंदा और मेरा उहनां नाल बहुत प्यार आ। कि तुहानूं नहीं लगदा कि इहनां ने जिहड़ी गल कीती ओह नजायज़ कीती? बावे ने की माड़ा अपने गाने दे विच गा दिता। और एक मिनट सुनो, जरा भुखियां ले मुक्कियां ते पत्थरां ले दुद्ध, एक कल्ला है ना, एक कल्ला हिंदू धर्म नूं नहीं कहा गया, साढ़े सिख धर्म दे विच भी दरबार साहब ते बेअंत दुद्ध पाया जांदा, असी उहनूं भी गलत कहिंदे आ। एक मिनट अगे सुनदे जरा, जे कहिंदा मैं सच वाला बोलिया तां मच जाणा युद्ध आ, जे मैं सच बहुता बोलिया तां मच जाणा युद्ध आ। ओ मैं कहिंदा अजे तां इहने कुछ सच बोलिया ही नहीं जिहड़ा एडा युद्ध मच गया। जे किते कोई सच बोल दवे तां फिर की होऊ? ओ वाह ओए तुहाडे बल्ले, ओ तुहाडे। मैं कहिंदा कि जिथे एडा वड्डा करोना दा कहर आ, तुहानू पता किसी नूं कि आउण वाले हालात की होण वाले आ, की हालात बनने साडे, साडियां सरकारां किड्डियां जबरदस्त आ। ओह तुसीं फिर जातां पातां दे मुद्दे लै के आ गए, ओह तुसीं फिर उही, क्योंकि सिर्फ जिहड़ी तुसीं गां नूं मां आखदे आ ना, इह सिर्फ गां वोटां लैण लई रखी गई आ, सिर्फ वोटां वास्ते, होर इस तों इलावा कुछ नहीं हैगा इहदा रोल, क्योंकि सिर्फ इहदे नाम दे उत्ते वोटां लईआं जांदीआं। बाकी तुसीं कहिंदे आ भाई कि मूत पीणा, कि मूत पीण दे नाल बहुत बीमारियां हटदीआं, जाओ फिर तां सानूं कोई लोड़ नहीं है हॉस्पिटलां दे विच मोदी जी कैप्टन साहब दवाइयां रखण दी, उत्थे सिर्फ गावां बंधो लिजा के मूत पी लिया करनगे, ते नाले कोई लोड़ नहीं हैगी सानूं वेंटीलेटरां दी, उत्थे गोहर रख दो लेप कर लिया करनगे, आपे ही करोना तों बचा होजू। ओह नाले ਜਿਹੜਾ ਹੋਸਪਿਟਲ ਦਾ ਸਟਾਫ ਆ ਉਹ ਵੀ ਕਰੋਨਾ ਤੋਂ ਬਚ ਸਕੂ ਕਿ ਨਹੀਂ ਜੀ? ਉਹ ਨਾਲੇ ਹੁਣ ਤਾਂ ਤੁਹਾਡੇ ਕੋਲ ਮੌਕਾ ਵੀ ਹੈਗਾ ਸਾਬਤ ਕਰਨ ਦਾ। ਆ ਬਹੁਤੇ ਵੀਡੀਓ ਪਾ ਕੇ ਕਹਿੰਦੇ ਸੀ ਲੇਪ ਕਰਨ ਨਾਲ ਗੋਹੇ ਦਾ
ਮੂਤ ਪੀਣ ਨਾਲ ਕਰੋਨਾ ਹਟ ਜਾਂਦਾ ਕਰ ਦੋ ਤਾਂ ਸਾਬਤ ਹੁਣ ਕਿ ਨਹੀਂ ਜੀ। ਉਹ ਵਾਹ ਬਈ ਵਾਹ, ਗਾਂ ਵੀ ਕਹਿੰਦੀ ਹੋਣੀ ਆ ਕਿ ਦੁੱਧ ਦਿੱਤਾ ਸੀ ਮੈਂ ਪੀਣ ਨੂੰ ਉਹ ਨਾਲੀਆਂ 'ਚ ਡੋਲੀ ਜਾਂਦੇ ਆ ਅਤੇ ਜੋ ਮੈਂ ਨਾਲੀਆਂ 'ਚ ਪਾਉਣਾ ਸੀ ਉਹ ਪੀ ਜਾਂਦੇ ਆ। ਅਤੇ ਆ ਇੱਕ ਸਿਵ ਸੈਨਾ ਦਾ ਇਸ਼ਾਂਤ ਸ਼ਰਮਾ ਕਹਿੰਦਾ ਕਿ ਜੇ ਦੁੱਧ ਦੇ ਨਾਲ ਨਹੀਂ ਕੋਈ ਮਰਿਆ ਤਾਂ ਮੂਤ ਪੀਣ ਨਾਲ ਕਿੱਦਾਂ ਮਰ ਜੂਗਾ। ਲਓ ਸੁਣ ਲਓ ਜ਼ਰਾ, ਇੱਕੋ ਜਿਹਾ ਮੰਨਦੇ ਹਾਂ। ਗੁੱਸਾ ਨਹੀਂ ਆਉਂਦਾ, ਬਹੁਤ ਵਧੀਆ। ਤੋ ਸੀਪ ਲਵਾ ਕੇ ਚਲ ਗਿਆ। ਫਿਰ ਤੁਸੀਂ ਇਹ ਦੇਖੋ, ਜੇ ਗਾਂ ਮਾਂ ਏ ਤੁਹਾਡੀ ਤਾਂ ਫਿਰ ਇਹ ਸੜਕਾਂ 'ਤੇ ਕਿਉਂ ਘੁੰਮਦੀ ਆ? ਕਿੰਨੀਆਂ ਵੀਡੀਓ ਵਾਇਰਲ ਹੋਈਆਂ, ਉਹ ਇਸ ਇਹ ਗਾਵਾਂ ਸਿਰਫ ਪੈਸਾ ਇਕੱਠਾ ਕਰਨ ਲਈ ਔਰ ਵੋਟਾਂ ਲੈਣ ਲਈ, ਕਿਉਂਕਿ ਗਊ ਟੈਕਸ ਦੇ ਨਾਂ 'ਤੇ ਕਿੰਨਾ ਟੈਕਸ ਇਕੱਠਾ ਕੀਤਾ ਜਾਂਦਾ ਮਿਲੀਅਨ ਟ੍ਰਿਲੀਅਨ ਦੇ ਵਿੱਚ। ਅਤੇ ਇਸ ਚੀਜ਼ ਦੇ ਜਾਣੀ ਸਾਡੇ ਨਾਲ ਵੀ ਹਾਦਸੇ ਹੋਏ ਆ। ਮੇਰੇ ਵਾਕਬ ਕੋਈ ਮੇਰਾ ਯਾਰ ਦੋਸਤ ਉਹਦੇ ਅੱਗੇ ਆ ਗਈ, ਉਹਦਾ ਪਾਸਾ ਹੀ ਰਹਿ ਗਿਆ। ਉਦੋਂ ਤੋਂ ਮੈਂ ਵੀ ਲੱਗਾ ਇਹਨਾਂ ਦੇ ਦੁਆਲੇ, ਇਕੱਲੇ ਤੁਸੀਂ ਨਹੀਂ। ਅਤੇ ਮੈਂ ਪਤਾ ਨਹੀਂ ਕਿੰਨੇ ਕੁ ਗਾਵਾਂ ਦੇ ਗਲਾਂ 'ਚ ਬੈਲਟਾਂ ਪਵਾ ਚੁੱਕਾ ਔਰ ਮੇਰੇ ਯਾਰਾਂ ਦੋਸਤਾਂ ਨੇ ਕਿੰਨੇ ਸ਼ਹਿਰਾਂ 'ਚ ਪਾ ਦਿੱਤੀਆਂ। ਜੇ ਕਿਸੇ ਨੂੰ ਡਾਊਟ ਆ ਤਾਂ ਅਗਲੀ ਵੀਡੀਓ 'ਚ ਦਿਖਾ ਦਿੱਤਾ ਜਾਊਗਾ। ਅਤੇ ਇਸ ਵੀਡੀਓ ਵਿੱਚ ਪੂਰਾ ਦੱਸਿਆ ਗਿਆ ਕਿ ਸਾਡੇ ਕੋਲੋਂ ਕਿੰਨਾ ਗਊ ਟੈਕਸ ਇਕੱਠਾ ਹੁੰਦਾ। ਉਹ ਕਰੋਨਾ ਨਾਲ ਤਾਂ ਇੰਨੀਆਂ ਮੌਤਾਂ ਹੀ ਨਹੀਂ ਹੋਈਆਂ ਅਜੇ ਤੱਕ ਸਾਡੇ ਇੰਡੀਆ 'ਚ, ਜਿੰਨੀਆਂ ਇੱਕ ਮਹੀਨੇ ਵਿੱਚ ਗਊ ਗਾਵਾਂ ਦੇ ਨਾਲ ਰੋਡ ਐਕਸੀਡੈਂਟ ਦੇ ਨਾਲ ਹੋ ਜਾਂਦੀਆਂ। ਉਹ ਇੱਕ ਸਿਰਫ ਵੋਟ ਬੈਂਕ ਤਗੜੀ ਕਰਨ ਵਾਸਤੇ ਗਾਂ ਨੂੰ ਤੁਸੀਂ ਮਾਂ ਕਹਿੰਦੇ ਆ, ਜੇ ਅਸਲ ਦੇ ਵਿੱਚ ਮਾਂ ਆ ਤਾਂ ਇਹਨੂੰ ਸਾਂਭੋ, ਇਹਦਾ ਬੀੜਾ ਚੱਕੋ। ਅਸੀਂ ਕੋਸ਼ਿਸ਼ ਕੀਤੀ, ਕਿੰਨਾ ਕੁ ਸਾਡਾ ਸਰਕਾਰਾਂ ਨੇ ਸਾਥ ਦਿੱਤਾ ਤੁਸੀਂ ਦੇਖ ਸਕਦੇ ਹੋ। ਬਾਕੀ ਮੈਂ ਹੈਰਾਨ ਹਾਂ ਵੀਰੋ ਕਿ ਇਹੋ ਜਿਹੇ ਹਾਲਾਤ ਜਿੱਥੇ ਕਰੋਨਾ ਦੇ ਨਾਲ ਪੂਰੀ ਇਕਾਨਮੀ ਹਿੱਲ ਗਈ, ਕੀ ਹਾਲਾਤ ਬਣ ਗਏ, ਕੀ ਆਉਣ ਵਾਲੇ ਆ? ਤੁਸੀਂ ਅਜੇ ਵੀ ਧਰਮਾਂ ਦੇ ਮੁੱਦੇ ਕ੍ਰੀਏਟ ਕਰੀ ਜਾਂਦੇ ਆ। ਆ ਕਿੰਨੇ ਦਿਨ ਹੋ ਗਏ ਹਰ ਚੈਨਲ 'ਤੇ ਇੰਟਰਵਿਊ, ਕੋਈ ਕਿਸੇ ਨੂੰ ਟਾਰਗੇਟ ਕਰੀ ਜਾਂਦਾ, ਕੋਈ ਕਿਸੇ ਨੂੰ ਟਾਰਗੇਟ ਕਰੀ ਜਾਂਦਾ, ਹਿੰਦੂ ਸਿੱਖ, ਕਦੀ ਹਿੰਦੂ ਮੁਸਲਮਾਨ, ਕਦੀ ਤਬਲੀਗੀ ਜਮਾਤ, ਕਦੀ ਨੰਦੇੜ ਤੋਂ ਆਈ ਸੰਗਤ, ਉਹਨੇ ਕਰੋਨਾ ਫੈਲਾਤਾ। ਇਹ ਸਿਰਫ ਸਰਕਾਰ ਦਾ ਫੇਲੀਅਰ ਆ, ਕਿਉਂਕਿ ਸਰਕਾਰਾਂ ਨੇ ਸਾਨੂੰ ਸਿਰਫ ਧਰਮਾਂ ਦੇ ਨਾਂ ਦੇ ਉੱਤੇ ਸਾਡੇ ਉੱਤੇ ਅੱਜ ਤੱਕ ਰਾਜਨੀਤੀ ਕੀਤੀ। ਤੁਸੀਂ ਇੱਦਾਂ ਹੀ ਲੜੋ, ਇੱਦਾਂ ਹੀ ਲੜੋ, ਕੱਖ ਨਹੀਂ ਹੋਣਾ ਤੁਹਾਡਾ। ਦੇਖੀਓ ਹਾਲਾਤ ਕੀ ਬਣਨ ਵਾਲੇ। ਅਜੇ ਤੁਸੀਂ ਸੋਚਦੇ ਜਿੰਨਾ ਟਾਈਮ ਤੁਸੀਂ ਅੰਦਰ ਬੈਠੇ ਲੋਕਡਾਊਨ ਮੰਨ ਕੇ ਚੱਲੋ ਤੁਸੀਂ ਸੇਫ ਹੋ, ਬਾਅਦ ਦੇ ਹਾਲਾਤ ਕੀ ਕੰਮ ਕਰਨੇ? ਤੁਸੀਂ ਲੜੋ ਧਰਮਾਂ ਦੇ ਨਾਂ 'ਤੇ, ਫਿਰ ਪਾੜੋ ਇੱਕ ਦੂਜੇ ਦੇ ਸਿਰ, ਇੱਕ ਦੂਜੇ 'ਤੇ ਉਂਗਲਾਂ ਚੱਕੋ। ਕਿਹੜੇ ਕੰਮ ਕਰਨੇ? 20% ਕੰਮ ਰਹਿ ਜਾਣੇ, ਲੇਬਰ ਸਾਰੀ ਚਲੇ ਗਈ, ਤੁਸੀਂ ਕੀ ਕਰਨਾ? ਕਿਹੜੇ ਕੰਮ ਚੱਲਣੇ? ਖੁੱਲ੍ਹਦੇ ਸਾਰ ਕਿਹੜੀ ਇਕੋਨਮੀ ਸਰਕਾਰਾਂ ਨੇ ਸੈੱਟ ਕਰ ਲੈਣੀ? ਉਹ ਸਿਰਫ ਧਰਮਾਂ ਦੇ ਨਾਂ 'ਤੇ ਹੀ ਮਰਨਾ ਤੁਸੀਂ? ਅਤੇ ਮੈਂ ਅੱਜ ਜਾਗਦੀਆਂ ਜ਼ਮੀਰਾਂ ਵਾਲੇ ਹਿੰਦੂ ਵੀਰਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਆਹ ਜਿਹੜਾ ਬੰਦਾ ਤੁਹਾਡਾ ਸਿਵ ਸੈਨਾ ਦਾ ਕਹਿੰਦਾ ਕਿ 1,00,000 ਰੁਪਈਆ ਦਊਂਗਾ ਬਾਵੇ ਵਰਗੇ ਬਾਂਦਰ ਦਾ ਮੂੰਹ ਕਾਲਾ ਕਰਨ ਦਾ, ਅਤੇ ਉਹਦੇ ਮਾਂ ਬਾਪ ਨੂੰ ਗਾਲ ਕੱਢਣੀ ਕਿ ਗੰਦੀ ਔਲਾਦ ਪੈਦਾ ਕੀਤੀ, ਕੀ ਇਹ ਗੱਲਾਂ ਉਹਦੇ ਲਈ ਜਾਇਜ਼ ਹੈ? ਕੀ ਉਹਨਾਂ ਨੇ ਇਹ ਗੱਲਾਂ ਜਾਇਜ਼ ਕਹੀਆਂ? ਫਿਰ ਇੱਥੇ ਮੈਂ ਕੋਈ ਬਾਵੇ ਦੀ ਸਪੋਰਟ 'ਚ ਨਹੀਂ ਆਇਆ, ਕਿਉਂਕਿ ਬਾਵੇ ਦਾ ਆਪਣਾ ਖੁਦ ਦਾ ਕੋਈ ਸਟੈਂਡ ਨਹੀਂ ਸੀ, ਕਿਉਂਕਿ ਜੋ ਉਹਨੇ ਕਹਿਤਾ ਕਹਿਤਾ ਸੀ, ਉਸ ਤੋਂ ਉਹਨੂੰ ਪਿੱਛੇ ਨਹੀਂ ਸੀ ਹਟਣਾ ਚਾਹੀਦਾ। ਬਾਕੀ ਰਹਿ ਗਈ ਗੱਲ, ਹਾਂ ਬਾਵੇ ਦੇ ਗਾਣੇ ਦਾ ਪੂਰਾ ਸਟੈਂਡ ਲੈਂਦੇ ਹਾਂ ਕਿ ਜੋ ਉਹਨੇ ਗਾਣੇ 'ਚ ਗਾਇਆ ਸਾਰੇ ਧਰਮਾਂ ਨੂੰ ਉਹਨੇ ਕਿਹਾ ਔਰ ਕਿਹਾ ਵੀ ਇੱਕ ਨੰਬਰ ਜਾਇਜ਼ ਕਿਹਾ, ਉਹਦੇ ਵਿੱਚ ਕੋਈ ਉਹਨੇ ਗਲਤ ਨਹੀਂ ਕਿਹਾ। ਅਤੇ ਰਹਿ ਗਈ ਗੱਲ ਵੀਰ ਮੇਰਿਓ ਧਰਮਾਂ ਦੇ ਨਾਂ 'ਤੇ, ਬਸ ਇੱਕੋ ਹੀ ਸਾਨੂੰ ਮੁੱਦੇ ਆ ਪਾੜਨ ਦੇ, ਇੱਕ ਦੂਜੇ ਨਾਲ ਲੜਨ ਦੇ। ਆ ਅਜੇ ਵੀ ਇੱਕ ਲੁਧਿਆਣੇ ਬੈਠਾ ਡਾਕਟਰ ਗੁਰਿੰਦਰ, ਹੈ ਨਾ, ਮੰਨਦੇ ਹਾਂ ਕਿ ਤੂੰ ਆਪਣੇ ਬਰਾਦਰੀ ਲਈ ਕੁਛ ਵਧੀਆ ਕਰਨਾ ਚਾਹੁੰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੂੰ ਦੂਸਰੇ ਨੂੰ ਇੰਨਾ ਜ਼ਿਆਦਾ ਟਾਰਗੇਟ ਕਰੇ ਕਿ ਤੂੰ ਹਰ ਗੱਲ ਜਾਇਜ਼ ਕਰਦਾ। ਵੀਰੇ ਕੋਈ ਨਹੀਂ, ਬਾਕੀ ਵੀਰ ਮੇਰਿਓ ਜੇ ਅਸੀਂ ਅਜੇ ਵੀ ਨਾ ਸਮਝੇ, ਮੈਨੂੰ ਕੋਈ ਬੰਦਾ ਦੱਸੂਗਾ ਕਿ ਆਹ ਜਿਹੜਾ ਕਰੋਨਾ ਹੁੰਦਾ ਹਿੰਦੂ ਨੂੰ ਹੁੰਦਾ, ਮੁਸਲਮਾਨ ਨੂੰ, ਸਿੱਖ ਨੂੰ ਕਿ ਈਸਾਈ ਨੂੰ, ਧਰਮ ਦੇਖ ਕੇ ਹੁੰਦਾ, ਅਮੀਰ ਗਰੀਬ ਦੇਖ ਕੇ ਹੁੰਦਾ,
ਉਹ ਤੁਸੀਂ ਅਜੇ ਵੀ ਨਹੀਂ ਸੰਭਲਣਾ, ਸਾਡਾ ਕੱਖ ਨਹੀਂ ਹੋਣਾ, ਬੜਾ ਰੌਲਾ ਪਾ ਲਿਆ ਬੜਾ ਮੈਂ ਵੀ ਕਈ ਵਾਰੀ ਉਹ ਜਿੰਨਾ ਇਹ ਨਹੀਂ ਗੱਲ ਹੈਗੀ ਹਰ ਬੰਦੇ ਦੇ ਅੰਦਰ ਕਮੀਆਂ ਹੁੰਦੀਆਂ ਆਹ ਜਿਹੜਾ ਸਮਾਂ ਆ ਕਿਸੇ ਦੇ ਉੱਤੇ ਉਂਗਲ ਚੱਕਣ ਦਾ ਨਹੀਂ ਕਦੀ ਆਪਣੇ ਆਪ 'ਤੇ ਉਂਗਲ ਚੱਕ ਕੇ ਦੇਖੋ ਮੈਂ ਵੀ ਦੇਖੀਆਂ ਮੇਰੇ 'ਚ ਵੀ ਬਹੁਤ ਕਮੀਆਂ ਮੈਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਉਹ ਪਰ ਤੁਸੀਂ ਜੇ ਅਜੇ ਵੀ ਨਾ ਸੰਭਲੇ ਰੱਬ ਦੀ ਐਡੀ ਵੱਡੀ ਮਾਰ ਤੋਂ ਬਾਅਦ ਆਉਣ ਵਾਲੇ ਹਾਲਾਤ ਬਹੁਤ ਮਾੜੇ ਆ ਸਰਕਾਰਾਂ ਕੋਲੋਂ ਸਾਂਭ ਨਹੀਂ ਹੋਣੇ ਰਲ ਕੇ ਸਰਕਾਰਾਂ ਤੋਂ ਕੁਛ ਤੁਸੀਂ ਕਰਵਾ ਸਕਦੇ ਹਾਂ ਤਾਂ ਕਰਾ ਲਓ ਨਹੀਂ ਤਾਂ ਇੱਦਾਂ ਹੀ ਮਰੋ ਤੁਸੀਂ ਇੱਦਾਂ ਹੀ ਮਰਨਾ ਸਭ ਨੇ ਇੱਦਾਂ ਹੀ ਮਰਨਾ ਬਾਕੀ ਹੁਣ ਤੁਸੀਂ ਆਪਣੀ ਸਮਝ ਤੋਂ ਕੰਮ ਲੈਣਾ ਤਦੇ ਹੀ ਸਾਡਾ ਬਚਾਅ ਹੋਊਗਾ ਉਹ ਆਉਣ ਵਾਲਾ ਸਮਾਂ ਬਹੁਤਾ ਵਧੀਆ ਨਹੀਂ ਹੈਗਾ ਬਸ ਕਰੋ ਧਰਮਾਂ ਦੇ ਨਾਂ 'ਤੇ ਮੁੱਦੇ ਕ੍ਰੀਏਟ ਨਾ ਕਰੋ ਕਿੱਥੇ ਗਿਆ ਰੱਬ ਸਾਰੇ ਮੰਦਰ ਮਸਜਿਦਾਂ ਬੰਦ ਪਏ ਜਿਹਨਾਂ ਪਿੱਛੇ ਤੁਸੀਂ ਫਿਰ ਲੜੀ ਜਾਂਦੇ ਹਾਂ ਉਹ ਇਸੇ ਚੀਜ਼ ਤੋਂ ਅਸੀਂ ਸਭ ਤੋਂ ਪਿੱਛੇ ਹਾਂ ਹਟ ਜਾਓ ਬਸ ਕਰੋ ਬਾਕੀ ਵੀਰ ਮੇਰਿਓ ਕੀ ਆਹ ਜੋ ਮੁੱਦੇ ਕ੍ਰੀਏਟ ਹੋ ਰਹੇ ਆ ਇਸ ਸਮੇਂ ਦੇ ਵਿੱਚ ਇਸ ਸਮੇਂ ਦੌਰਾਨ ਹੋਣੇ ਚਾਹੀਦੇ ਸੀ ਇਸ ਚੀਜ਼ ਦਾ ਫੈਸਲਾ ਜਦੋਂ ਤੁਸੀਂ ਸਭ ਨੇ ਕਰਨਾ ਬਾਕੀ ਬਸ ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਥੈਂਕ ਯੂ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।